ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ, ਹਾਜ਼ਰ ਹਾਂ 5 ਵਜੇ ਪੰਜਾਬ ਦੇ ਨਾਲ। ਗੱਲ ਹੋਵੇਗੀ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀ। ਆਖਰੀ ਦਿਨ ਵਿਧਾਨ ਸਭਾ ਦੇ ਅੰਦਰ ਖੂਬ ਹੰਗਾਮਾ ਹੋਇਆ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਵਿਧਾਇਕ ਤਰਲੋਚਨ ਸਿੰਘ ਵੱਲੋਂ ਹਾਕਮ ਧਿਰ ਵੱਲ ਜੁੱਤਾ ਸੁੱਟਣ ਦਾ ਇਲਜ਼ਾਮ ਵੀ ਹਾਕਮ ਧਿਰ ਵੱਲੋਂ ਲਗਾਇਆ ਗਿਆ ਅਤੇ ਇਸ ਨੂੰ ਲੈ ਕੇ ਵੀ ਖੂਬ ਹੰਗਾਮਾ ਹੋਇਆ। ਜਿੱਥੇ ਹਾਕਮ ਧਿਰ ਵੱਲੋਂ ਜੁੱਤਾ ਸੁੱਟਣ ਦੀ ਘਟਨਾ ਦੀ ਨਿਖੇਧੀ ਕੀਤੀ ਗਈ ਤਾਂ ਮੁੱਖ ਮੰਤਰੀ ਨੇ ਇਸ ਨੂੰ ਲੋਕ ਰਾਜ ਦੇ ਵਿੱਚ ਕਾਲਾ ਦਿਨ ਕਰਾਰ ਦਿੱਤਾ। ਤਾਂ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਤਰਲੋਚਨ ਸਿੰਘ ਨੇ ਵਿਰਸਾ ਸਿੰਘ ਬਲਟੋਹਾ ਤੇ ਜਾਤੀ ਸੂਚਕ ਸ਼ਬਦ ਕਹਿਣ ਦਾ ਇਲਜ਼ਾਮ ਲਗਾਇਆ ਤੇ ਇਸ ਨੂੰ ਲੈ ਕੇ ਵੀ ਜਿਹੜਾ ਰੋਸ ਪ੍ਰਜ਼ਾਰਾ ਕੀਤਾ ਗਿਆ। ਤੇ ਅੱਜ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦਾ ਆਖਰੀ ਦਿਨ ਸੀ। 2007 ਤੋਂ 2012 ਦੇ ਵਿੱਚ ਵਾਲੇ ਜੋ ਸਰਕਾਰ ਬਣੀ, ਜੋ ਚੋਣਾਂ ਹੋਈਆਂ, ਉਸਦਾ ਅੱਜ ਆਖਰੀ ਦਿਨ ਸੀ ਵਿਧਾਨ ਸਭਾ ਦੇ ਅੰਦਰ। ਹੁਣ ਨਵੀਂ ਸਰਕਾਰ ਜਿਹੜੀ 2017 ਦੇ ਇਲੈਕਸ਼ਨ ਤੋਂ ਬਾਅਦ ਬਣੇਗੀ, ਉਸ ਤੋਂ ਬਾਅਦ ਮੌਨਸੂਨ ਇਜਲਾਸ ਸੱਜਿਆ, ਉਸ ਤੋਂ ਬਾਅਦ ਇਜਲਾਸ ਸੱਜਿਆ ਜਾਏਗਾ। ਹਾਲਾਂਕਿ ਸਪੈਸ਼ਲ ਇਜਲਾਸ ਸੱਜਿਆ ਜਾ ਸਕਦਾ ਜੇਕਰ ਕੋਈ ਜ਼ਰੂਰਤ ਪਵੇ। ਤਾਂ ਮੁੱਖ ਮੰਤਰੀ ਨੇ ਜੁੱਤਾ ਸੁੱਟਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉੱਧਰ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਾਤੀ ਸੂਚਕ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ, ਤਾਂ ਖੂਬ ਹੰਗਾਮਾ ਵੇਖਣ ਨੂੰ ਮਿਲਿਆ ਅਤੇ ਜੁੱਤਾ ਸੁੱਟਣ ਦੇ ਮਾਮਲੇ 'ਤੇ ਵੀ ਵਾਰ ਪਲਟਵਾਰ ਹੁੰਦਾ ਹੋਇਆ ਨਜ਼ਰ ਆਇਆ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ SC ST ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਕਮਿਸ਼ਨ ਦੇ ਡਿਪਟੀ ਚੇਅਰਮੈਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਨਕੁਆਇਰੀ ਸੈੱਟ ਕਰ BJP ਨੂੰ ਪੂਰੇ ਮਾਮਲੇ ਦੀ ਜਾਂਚ ਲਈ ਕਹਿਣਗੇ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਅਗਲੇਰੀ ਰਣਨੀਤੀ ਲਈ ਕੱਲ੍ਹ ਕਾਂਗਰਸ ਦੀ ਬੈਠਕ ਹੋਵੇਗੀ। ਡਾਕਟਰ ਰਾਜ ਕੁਮਾਰ ਵੇਰਕਾ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਪੁਨੀਤ ਪਰਿੰਜਾ ਨੇ। ਇਸ ਵਕਤ ਸਾਡੇ ਨਾਲ ਰਾਜ ਕੁਮਾਰ ਵੇਰਕਾ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਵੇਰਕਾ ਸਾਹਿਬ, ਜਿਵੇਂ ਅੱਜ ਸੱਤਰ ਹੋਇਆ ਉਹਦੇ ਵਿੱਚ ਜਿਵੇਂ ਹੰਗਾਮੇਦਾਰ ਸੀਗਾ ਔਰ ਜਾਤੀ ਸੂਚਕ ਸ਼ਬਦਾਂ ਨੂੰ ਲੈ ਕੇ ਵੀ ਤੁਹਾਡੇ ਕੋਲ ਕੰਪਲੇਂਟ ਵੀ ਆਈ ਹੈ ਐਜ ਏ SC ਜਿਹੜੇ ਚੇਅਰਮੈਨ ਹੋ ਤੁਸੀਂ, ਅਤੇ ਕਮਿਸ਼ਨ ਦੇ ਚੇਅਰਮੈਨ ਹੁੰਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਪੂਰੇ ਉਹਨੂੰ? ਦੋਨਾਂ ਦੇ ਵਿਧਾਇਕਾਂ ਨੇ ਮੇਰੇ ਨਾਲ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਨਾਲ ਉਹ ਉਹਨਾਂ ਨੇ ਉਹਨਾਂ ਦੇ MLAs ਨੇ, ਉਹਨਾਂ ਦੇ ਮੰਤਰੀਆਂ ਨੇ ਜਾਤੀ ਸੂਚਕ ਸ਼ਬਦ ਬੋਲੇ ਹੈ। ਉਹਨਾਂ ਨੇ ਵੀ ਕਿਹਾ ਕਿ ਸਪੀਕਰ ਸਾਹਿਬ ਨੂੰ ਔਰ ਸਾਡੇ MLAਆਂ ਨੂੰ ਵੀ ਜਾਤੀ ਸੂਚਕ ਸ਼ਬਦ ਕਹੇ ਹੈ। ਲੇਕਿਨ ਮੈਂ ਸਮਝਦਾ ਕਿ ਇਹ ਦਲਿਤ ਸਿਆਸਤ ਕਿਤੇ ਨਾ ਕਿਤੇ ਬੜੀ ਭਾਰੀ ਹੋ ਰਹੀ ਹੈ। ਔਰ ਮੈਂ ਤੁਹਾਨੂੰ ਇਹ ਕਿਹਾ ਕਿ ਇਸ 'ਤੇ ਮੈਂ ਜ਼ਿਆਦਾ ਕਮੈਂਟਸ ਨਹੀਂ ਕਰ ਸਕਦਾ ਕਿਉਂਕਿ ਇੱਥੇ ਬੀਇੰਗ ਏ ਕਮਿਸ਼ਨ ਮੈਂ ਇਸ 'ਤੇ ਕੁਛ ਨਹੀਂ ਬੋਲਣਾ ਕਿਉਂਕਿ ਇਹ ਇਨਕੁਆਇਰੀ ਦਾ ਮਾਮਲਾ ਹੈਗਾ ਔਰ ਇਨਕੁਆਇਰੀ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉੱਥੇ ਕਾਰਵਾਈ ਕਰਾਂਗੇ। ਤੇਰੀ ਐਜ਼ ਏ ਕਮਿਸ਼ਨ ਦੀ ਗੱਲ, ਜੇ ਹੁਣ ਆਪਾਂ ਵੀ ਐਜ਼ ਏ ਕਾਂਗਰਸ ਵਿਧਾਇਕ ਵੱਲੋਂ ਗੱਲ ਕਰੀਏ, ਤਾਂ ਜੋ ਅੱਜ ਕਾਂਗਰਸ ਰੁੱਖ ਰਿਹਾ ਸਦਨ ਦੇ ਵਿੱਚ, ਕਿ ਤੁਹਾਡੀ ਜਿਹੜੀ ਹੁਣ ਸਰਕਾਰ ਜਿਹੜੇ ਸੀਗੇ ਸੋਚੇ ਸਮਝ ਰਹੇ ਸੀਗੇ ਕਿ ਦਬਾਅ ਦੇ ਵਿੱਚ ਆਈ ਹੈ, ਲੇਕਿਨ ਜਿਸ ਤਰ੍ਹਾਂ ਸਰਕਾਰ ਨੇ ਕੋਈ ਗੱਲ ਨਹੀਂ ਮੰਨੀ ਜੋ ਤੁਹਾਡੀ ਡਿਮਾਂਡ ਸੀਗੀ, ਤਾਂ ਤੁਸੀਂ ਹੁਣ ਕਿਸ ਤਰ੍ਹਾਂ ਕਰੋਗੇ ਅਗਲੀ? ਬਿਲਕੁਲ, ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰ੍ਹਾਂ 2 ਦਿਨ ਤੋਂ ਉਹਨਾਂ ਦਾ ਵਤੀਰਾ ਸੀ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਉਹ MLAਆਂ ਦੀ ਗੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਲਟਾ ਇਹ ਗੱਲ ਦੇ ਇਲਜ਼ਾਮ ਲਗਾਏ। ਉਹਨਾਂ ਨੇ ਇੱਕ ਪਵਿੱਤਰ ਸਦਨ ਦੇ ਵਿੱਚ ਉੱਥੇ ਕਹਿ ਰਹੇ ਸੀ ਕਿ ਵਿਰਸਾ ਸਿੰਘ ਬਲਟੋਹਾ ਔਰ ਵਿਕਰਮ ਮਜੀਠੀਆ, ਉਹਨਾਂ ਨੇ ਇਲਜ਼ਾਮ ਲਗਾਇਆ ਸੀ ਅੰਦਰ ਦਾਰੂ ਪੀਤੇ। ਦੱਸੋ, ਮੀਡੀਆ ਉੱਥੇ ਸੀਗਾ ਮੌਕਾ ਦੇ ਉੱਪਰ ਔਰ ਇਹ ਖੁਦ ਪਵਿੱਤਰ ਸਦਨ ਦੀ ਬਦਨਾਮੀ ਕਰ ਰਹੇ ਹੈ, ਨਾ MLA ਨੂੰ ਖਾਣਾ ਮਿਲ ਰਿਹਾ ਸੀ। ਅਗਲੀ ਰਣਨੀਤੀ ਹੁਣ ਤੁਹਾਡੀ ਕੀ ਹੋਏਗੀ? ਕੋਈ ਪਾਰਟੀ ਕੋਈ ਮੀਟਿੰਗ ਵੀ ਬੁਲਾਏਗੀ ਉੱਥੇ ਜਲਦੀ? ਬੜੀ ਜਲਦੀ, ਕੱਲ੍ਹ ਅਸੀਂ 11:30 ਕੈਪਟਨ ਅਮਰਿੰਦਰ ਸਿੰਘ ਦੀ ਗਵਾਹੀ ਹੇਠ ਇਹ ਮੀਟਿੰਗ ਹੋਏਗੀ ਕੱਲ੍ਹ ਪੰਜਾਬ ਕਾਂਗਰਸ ਦੇ ਦਫ਼ਤਰ ਦੇ ਵਿੱਚ ਔਰ ਅਗਲੀ ਰਣਨੀਤੀ ਦਾ ਖੁਲਾਸਾ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਸਮੇਤ ਸਭ ਲੋਕ ਅਸੀਂ ਇਹ ਸਰਕਾਰ ਦੀਆਂ ਕਰਤੂਤਾਂ ਦੇ ਖਿਲਾਫ਼, ਸਰਕਾਰ ਦੇ ਧੱਕੇਸ਼ਾਹੀ ਦੇ ਖਿਲਾਫ਼, ਗਰੀਬਾਂ ਦੇ ਹੱਕ ਦੇ ਵਿੱਚ ਔਰ ਕਿਸਾਨਾਂ ਦੀਆਂ ਗੱਲਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਾਂਗੇ। ਇਹ ਸੀਗੇ ਰਾਜਕੁਮਾਰ ਵੇਰਕਾ ਜੀ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਇਹੀ ਕਹਿਣਾ ਹੈ ਕਿ ਕੱਲ੍ਹ ਜਿਵੇਂ ਸਦਨ ਵਿੱਚ ਸਰਕਾਰ ਨੇ ਵਿਪਕਸ਼ ਦੀ ਆਵਾਜ਼ ਨੂੰ ਦਬਾਇਆ, ਹੁਣ ਉਸ ਆਵਾਜ਼ ਨੂੰ ਉਹ ਸੜਕ ਤੱਕ ਲੈ ਕੇ ਜਾਣਗੇ। ਇਸ ਦੇ ਵਿੱਚ ਤਾਂ ਬਕਾਇਦਾ ਕੱਲ੍ਹ ਇੱਕ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਪੂਰੀ ਪਲੈਨਿੰਗ ਕੀਤੀ ਜਾਏਗੀ। ਕੈਮਰਾ ਪਰਸਨ ਅਸ਼ਵਨੀ ਦੇ ਨਾਲ ਪੁਨੀਤ ਪ੍ਰਿੰਜ, ਜੀ ਮੀਡੀਆ, ਚੰਡੀਗੜ੍ਹ। ਉੱਧਰ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਉਹਨਾਂ ਕਿਸੇ ਨੂੰ ਕੁਝ ਗਲਤ ਨਹੀਂ ਆਖਿਆ। ਉਹਨਾਂ ਸਿਰਫ ਇਹੀ ਕਿਹਾ ਕਿ ਤੁਸੀਂ ਵਿਧਾਨ ਸਭਾ 'ਚ ਜੋ ਕੁਝ ਖਾਧਾ ਪੀਤਾ ਉਸਦਾ ਖੁਲਾਸਾ ਕਰੋ। ਔਰ ਜਿੱਥੋਂ ਤੱਕ ਮੇਰੇ 'ਤੇ ਦੋਸ਼ ਲਾਇਆ, ਮੈਨੂੰ ਦੁੱਖ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ, ਅੰਮ੍ਰਿਤਧਾਰੀ ਹੈ, ਜਾਤ ਪਾਤ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਔਰ ਹਰੇਕ ਧਰਮ, ਹਰੇਕ ਜਾਤ, ਹਰੇਕ ਗੋਤ ਦਾ ਮੈਂ ਸਨਮਾਨ ਕਰਨ ਵਾਲਾ ਵਿਅਕਤੀ ਹਾਂ। ਸਭ ਤੋਂ ਵੱਡਾ ਤਾਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਕਾਂਗਰਸ ਪਾਰਟੀ ਇੰਨੀ ਕਮਜ਼ੋਰ ਹੋ ਗਈ ਪੰਜਾਬ 'ਚ ਕਿ ਅੱਜ ਉਹਨਾਂ ਨੂੰ ਇਹ ਜਿਹੜੀ ਆ ਇਹੋ ਜਿਹੀ ਗੰਦੀ ਰਾਜਨੀਤੀ ਖੇਡ, ਵੀ ਜਿਹੜਾ ਸੋਮਵਾਰ ਰਾਤ ਤੋਂ ਲੈ ਕੇ ਇੱਥੇ ਸ਼ਰਾਬ ਪੀਤੀ ਜਾ ਰਹੀ ਹੈ, ਇੱਥੇ ਮੀਟ
मुर्गे चल रहे ने, यह दस दो कि यह किस लोकतंत्र की पालना है। कि मैं सारे नहीं कहता, पर जिन्हें जिन्हें पीती वह ना दस दौ, उन्होंने ना दस की बजाय कुछ नहीं किया। मैं क्या अज आखिरी दिन है, पर मैं ये जापता कि जोड़ा आने वाला 2017 चे चो कोई बिरला बिरला ही आऊ। इस तो अलावा चार पांच गल्लां ने, इस तो अलावा ना मैं किसी तरह की कोई गल की। उधर विधानसभा स्पीकर चरणजीत सिंह अटवाल ने कांग्रेस के वतीरे से दुख जाहर किया। उन्होंने कहा कि कांग्रेसी विधायकों ने स्पीकर की कुर्सी का भी माण नहीं रखा, तो नाल ही उन्होंने कांग्रेस के कार्य को इतिहास का काला दिन दसिया। ਜੁੱਤੀਆਂ ਸੁੱਟ ਕੇ ਸਪੀਕਰ ਦੇ ਉੱਪਰ ਜਾਂ ਕੋਈ ਹੋਰ ਕਿਸੇ ਦੀ ਇਨਸਲਟ ਕਰਕੇ ਕਿਸੇ ਹੋਰ ਬੰਦੇ 'ਤੇ ਜੁੱਤੀਆਂ ਸੁੱਟ ਕੇ ਐਸਾ ਕਰਨ ਨਾਲ ਵੋਟਾਂ 'ਤੇ ਕੋਈ ਅਸਰ ਨਹੀਂ ਪਿਆ। ਤੋ ਇਸ ਕਰਕੇ ਮੈਂ ਸਮਝਦਾ ਵੀ ਜੋ ਕੀਤਾ ਉਹਨਾਂ ਨੇ ਮਾੜਾ ਕੀਤਾ, ਆਈ ਕੰਡੈਮ। ਉਹਨਾਂ ਨੇ ਚੇਅਰ ਦੀ ਇਨਸਲਟ, ਉਹਨਾਂ ਨੇ ਚਰਨਜੀਤ ਸਿੰਘ ਦਾ ਕੋਈ ਫਰਕ ਨਹੀਂ ਪੈਂਦਾ, ਚਰਨਜੀਤ ਸਿੰਘ ਵਰਗੇ ਆਉਂਦੇ ਰਹਿਣੇ ਨੇ ਜਾਂਦੇ ਰਹਿਣੇ। ਉਹਨਾਂ ਨੇ ਚੇਅਰ ਦੀ ਇਨਸਲਟ ਕੀਤੀ ਹੈ, ਜਿਹੜਾ ਮੈਂ ਸਭ ਨਾਲ ਮਾੜਾ ਕੰਮ ਕੀਤਾ। ਤੋ ਇਸ ਕਰਕੇ ਮੈਂ ਮਹਿਸੂਸ ਕੀਤਾ ਵੀ ਇਹ ਹੋਸ਼ ਚੱਲਣਾ ਹੀ ਨਹੀਂ ਦੇਣਾ ਚਾਹੁੰਦੇ। ਇਹ ਸਿਰਫ ਕਿਉਂਕਿ ਇਲੈਕਸ਼ਨ ਦਾ ਇਹ ਆਖਰੀ ਸੈਸ਼ਨ, ਇਲੈਕਸ਼ਨ ਆ ਰਹੀ ਹੈ, ਇਸ ਕਰਕੇ ਅਪੋਜੀਸ਼ਨ ਚਾਹੁੰਦੀ ਹੈ ਕਿ ਅਸੀਂ ਰੌਲੇ ਰੱਪੇ ਨਾਲ ਸਾਰ ਕੇ ਸ਼ਾਇਦ ਲੋਕਾਂ ਦੀ ਸਿਮਤੀ ਵਿਨ ਕਰ ਲਈਏ। ਇਸ ਕਰਕੇ ਉਹਨਾਂ ਨੇ ਫੈਸਲੇ ਕਰ ਲਿਆ ਵੀ ਅਸੀਂ ਹੋਸ਼ ਨਹੀਂ ਚੱਲਣਾ।